ਉਹ ਬੁੱਚੜ ਨੇ ਬੇਅੰਤ ਨੇ ਐਡਾ ਮਾੜਾ ਹਾਲ ਕੀਤਾ ਪੰਜਾਬ ਦਾ, ਉਹਦੇ ਬਾਰੇ ਬਿੱਟੂ ਕੀ ਕਹਿਣਾ ਚਾਹੁੰਦਾ? ਮੋਨਿਆਂ ਤੋਂ ਬਹੁਤ ਘੰਟਾ ਜੀ ਸਿੱਖ ਬਣ ਗਏ ਤਾਂ ਮਾਹੌਲ ਖਰਾਬ ਹੋਣ ਦੇ ਨਾਲ ਕੱਲੇ ਸਿੱਖ ਹੀ ਨਹੀਂ ਫਿਰ ਪੀੜਤ ਹੁੰਦੇ, ਪਰ ਸਾਰੇ ਭਾਈਚਾਰੇ ਪੀੜਤ। ਪਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਘੱਟ ਗਿਣਤੀਆਂ ਨੂੰ ਤੁਸੀਂ ਪਹਿਲਾਂ ਹੀ ਮੋਹਰ ਲਾ ਦਿੰਦੇ ਹੋ ਵੀ ਇਹ ਅੱਤਵਾਦੀ। ਸਮਾਜਿਕ ਜਥੇਬੰਦੀ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂ ਲੱਖਾ ਸਧਾਣਾ ਵੱਲੋਂ ਕਈ ਮਸਲਿਆਂ ਨੂੰ ਲੈ ਕੇ ਚੰਡੀਗੜ੍ਹ ਚ ਪੰਜਾਬ ਦੇ ਰਾਜਪਾਲ ਬੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਲੱਖਾ ਸਧਾਣਾ ਨੇ ਰਮਰੀਤ ਬਿੱਟੂ ਤੋਂ ਸਵਾਲ ਦੇ ਜਵਾਬ ਦੀ ਮੰਗ ਕਰਦਿਆਂ ਕਿਹਾ ਕਿ ਬਿੱਟੂ ਨਿਰੰਕਾਰੀ ਕਾਂਡ ਚ ਫੜੇ ਗਏ ਸਿੱਖ ਲੜਕਿਆਂ ਨੂੰ ਖਾਲਿਸਤਾਨੀ ਦੱਸ ਰਿਹਾ ਤੇ ਦਾਦੂਵਾਲ ਤੇ ਦੋਸ਼ ਲਾ ਰਿਹਾ ਤੇ ਲੱਖਾ ਸਧਾਣਾ ਨੇ ਕਿਹਾ ਕਿ ਬਿੱਟੂ ਦੇ ਦਾਦੇ ਬੇਅੰਤ ਸਿੰਘ ਨੇ ਪੰਜਾਬ ਦਾ ਮਾੜਾ ਹਾਲ ਕੀਤਾ ਸੀ ਤੇ ਘਰਾਂ ਵਿੱਚੋਂ ਚੱਕ ਚੱਕ ਕੇ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ। ਇਸ ਤੇ ਬਿੱਟੂ ਕੀ ਕਹਿਣਾ ਚਾਹੇਗਾ? ਹੁਣ ਮੈਂ ਰਵਨੀਤ ਬਿੱਟੂ ਵਰਗਿਆਂ ਦੇ ਬਿਆਨ ਸੁਣ ਰਿਹਾ। ਰਵਨੀਤ ਬਿੱਟੂ ਵਰਗੇ ਕਹਿ ਰਹੇ ਨੇ ਜੀ ਇਹ ਤਾਂ ਦੇਖੋ ਇਹ ਖਾਲਿਸਤਾਨੀ ਨੇ, ਇਹ ਤਾਂ ਜੀ ਇਨਸਾਫ ਮੋਰਚੇ ਵਾਲਿਆਂ ਨੇ ਕਰਾਤਾ ਜੀ, ਇਹ ਅੱਤਵਾਦੀ ਨੇ, 220 ਵਾਲੇ ਜਿਹੜੇ ਰਾਜਸਮਾਰੀ ਵਾਲੇ ਉਹਨਾਂ ਨੇ ਕਰਾਤਾ ਜੀ। ਹੁਣ ਬਿੱਟੂ ਨੂੰ ਤੁਸੀਂ ਪੁੱਛ ਲਓ ਕਿਤੇ ਜਾ ਕੇ ਵੀ ਉਹਦੇ ਦਾਦੇ ਨੇ ਬੇਅੰਤ ਨੇ ਕਿੰਨੇ ਕੁ ਨੌਜਵਾਨ ਜਿਹੜੇ ਬੇਕਸੂਰ ਘਰਾਂ ਤੋਂ ਚੱਕ ਚੱਕ ਕੇ ਪੰਜਾਬ ਦੇ ਵਿੱਚੋਂ ਮਾਰੇ ਗਏ, ਉਹ ਬੁੱਚੜ ਨੇ ਬੇਅੰਤ ਨੇ ਐਡਾ ਮਾੜਾ ਹਾਲ ਕੀਤਾ ਪੰਜਾਬ ਦਾ, ਉਹਦੇ ਬਾਰੇ ਬਿੱਟੂ ਕੀ ਕਹਿਣਾ ਚਾਹੁੰਦਾ? ਉਹਦੇ ਬਾਰੇ ਜਵਾਬ ਦੇਵੇ। ਸੋ ਇਹ ਨਹੀਂ ਹੋਣਾ ਚਾਹੀਦਾ। ਜਦੋਂ ਦੇਖੋ ਜਦੋਂ ਮਾਹੌਲ ਖਰਾਬ ਹੁੰਦਾ ਨਾ ਤਾਂ ਮਾਹੌਲ ਖਰਾਬ ਹੋਣ ਦੇ ਨਾਲ ਕੱਲੇ ਸਿੱਖ ਹੀ ਨਹੀਂ ਫਿਰ ਪੀੜਤ ਹੁੰਦੇ, ਪਰ ਸਾਰੇ ਭਾਈਚਾਰੇ ਪੀੜਤ ਹੁੰਦੇ। ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਸਿੱਖ ਜਥੇਬੰਦੀਆਂ ਨੂੰ ਵੀ ਇਹਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ, ਸਮੁੱਚੇ ਸਿੱਖ ਨੂੰ ਉਠਾਉਣੀ ਚਾਹੀਦੀ ਹੈ, ਤੇ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹ ਵੀ ਇਸ ਗੱਲ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਵੀ ਇਸ ਤਰ੍ਹਾਂ ਤੁਸੀਂ ਨਜਾਇਜ਼ ਬੇਕਸੂਰ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਇਸ ਤਰ੍ਹਾਂ ਧੱਕੇਸ਼ਾਹੀ ਨਾ ਕੀਤੀ ਜਾਵੇ। ਲੱਖਾ ਸਧਾਣਾ ਨੇ ਮੋੜ ਬੰਬ ਧਮਾਕੇ ਤੇ ਬਰਗਾੜੀ ਕਾਂਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਾਲੇ ਤੱਕ ਇਹਨਾਂ ਕਾਂਡਾਂ ਦੇ ਦੋਸ਼ੀ ਫੜੇ ਨਹੀਂ ਗਏ ਤੇ ਉਹਨਾਂ ਹੈਰਾਨਗੀ ਜਤਾਉਂਦੇ ਹੋਏ ਕਿਹਾ ਕਿ ਨਿਰੰਕਾਰੀ ਕਾਂਡ ਦੇ ਦੋਸ਼ੀ 72 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹ 72 ਘੰਟੇ ਦੇ ਅੰਦਰ ਅੰਦਰ ਮੋਨੇ ਤੋਂ ਸਿੱਖ ਵੀ ਬਣ ਗਿਆ ਤੇ ਲੱਖਾ ਸਧਾਣਾ ਨੇ ਫੜੇ ਗਏ ਸਿੱਖ ਲੜਕੇ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀ ਇਸ ਦੀ ਨਿਖੇਧੀ ਕਰਨੀ ਚਾਹੀਦੀ ਹੈ। ਜੇ ਕਿਤੇ ਮੌੜ ਦੇ ਵਿੱਚ ਬੰਬ ਬਲਾਸਟ ਹੋਇਆ ਸੀਗਾ ਵੋਟਾਂ ਦੇ ਵਿੱਚ ਤਾਂ 2 ਸਾਲ ਹੋ ਗਏ, ਜਾਂਚਾਂ ਵੀ ਹੋ ਕੇ ਖੜ ਗਈਆਂ, ਹਾਲੇ ਤੱਕ ਉਹ ਬੰਦੇ ਸਾਹਮਣੇ ਨਹੀਂ ਆ ਸਕੇ। ਉਦੋਂ ਵੀ ਸਿੱਖਾਂ ਨੂੰ ਫੜ ਕੇ ਨਿਸ਼ਾਨਾ ਬਣਾਇਆ ਗਿਆ ਵੀ ਇਹ ਸਿੱਖਾਂ ਨੇ ਬਲਾਸਟ ਕੀਤੇ ਆ, ਪਰ ਜਦੋਂ ਉਹਦੀਆਂ ਤਾਰਾਂ ਜਾ ਕੇ ਸਰਸੇ ਵਾਲੇ ਡੇਰੇ ਨਾਲ ਜੁੜ ਗਈਆਂ ਜਾਂ ਕੁਛ ਕਾਂਗਰਸੀ ਲੀਡਰਾਂ ਨਾਲ ਜੁੜ ਗਈਆਂ, ਉੱਥੇ ਜਾਂਚ ਇਹਨਾਂ ਨੇ ਰੋਕਤੀ। ਜਾਂ ਬੇਅਦਬੀ ਕਾਂਡ ਹੋਇਆ, ਬੇਅਦਬੀ ਕਾਂਡ ਦੇ ਵਿੱਚ ਵੀ ਕਈ ਸਿੱਖਾਂ ਮੁੰਡਿਆਂ ਨੂੰ, ਨੌਜਵਾਨਾਂ ਨੂੰ ਚੱਕ ਚੱਕ ਕੇ ਕੁੱਟਿਆ ਗਿਆ, ਇੱਥੋਂ ਤੱਕ ਕਿ ਕੁੱਟ ਕੁੱਟ ਕੇ ਉਹਨੂੰ ਅਪਾਹਜ ਵੀ ਬਣਾ ਦਿੱਤਾ ਗਿਆ, ਪਰ ਮਗਰੋਂ ਹੁਣ ਜਾ ਕੇ ਜਦੋਂ ਜਾਂਚ ਹੋਈ ਹੈ ਤਾਂ ਨਿਕਲਿਆ ਕੁਛ ਹੋਰ ਹੈ। ਸੋ ਅੱਜ ਵੀ ਹਾਲਾਤ ਇਹੀ ਬਣੇ ਹੋ ਰਹੇ ਬਣ ਰਹੇ ਨੇ ਕਿ ਪਟਿਆਲੋਂ ਚੱਕ ਲੈਂਦੇ ਆ ਕਿਸੇ ਮੁੰਡੇ ਨੂੰ ਜਾਂ ਉਹਨੂੰ ISI ਨਾਲ ਜੋੜ ਦਿੰਦੇ ਆ। ਤੁਸੀਂ ਦੇਖੋ ਵੀ ਇੰਨੇ ਇੰਨੇ ਚਿਰ ਦੀਆਂ ਘਟਨਾਵਾਂ ਹੋਈਆਂ ਪੰਜਾਬ 'ਚ, ਬੰਬ ਬਲਾਸਟ ਹੋਏ, ਮੌੜਾਂ ਵਾਲਾ ਹੋਇਆ, ਬੇਅਦਬੀ ਕਾਂਡ ਹੋਇਆ, ਹਾਲੇ ਤੱਕ ਬੰਦੇ ਫੜੇ ਨਹੀਂ ਗਏ। ਇਹਨਾਂ ਨੇ 72 ਘੰਟਾ ਜੀ ਕਹਿੰਦੇ ਅਸੀਂ ਫੜਦੇ, ਮੋਨਿਆਂ ਤੋਂ 72 ਘੰਟਾ ਜੀ ਸਿੱਖ ਬਣ ਗਏ। ਸੋ ਇਹ ਗੱਲ ਅਸੀਂ ਚਾਹੁੰਦੇ ਹਾਂ ਕਿ ਇਹ ਗੱਲ ਮੈਂ ਅਸੀਂ ਸੋਚਦੇ ਹਾਂ ਕਿ ਹਿੰਦੂ ਭਾਈਚਾਰਾ ਜਿਹੜਾ ਸਿੱਖ ਤੇ ਹਿੰਦੂ ਭਾਈਚਾਰਾ ਕਾਇਮ ਰਹਿਣਾ ਚਾਹੀਦਾ, ਕਾਇਮ ਤਾਂ ਰਹੂਗਾ ਜੇ ਜਿਹੜਾ ਹਿੰਦੂ ਭਾਈਚਾਰਾ ਇਸ ਗੱਲ ਦੀ ਨਿਖੇਧੀ ਜ਼ਰੂਰ ਕਰੇ ਕਿ ਤੁਸੀਂ ਇਸ ਤਰ੍ਹਾਂ ਘੱਟ ਗਿਣਤੀਆਂ ਨੂੰ ਟਾਰਗੇਟ ਨਾ ਕਰੋ, ਨਿਸ਼ਾਨਾ ਨਾ ਬਣਾਓ। ਬਿਊਰੋ ਰਿਪੋਰਟ, ਚੈਨਲ ਪੰਜਾਬ।